ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ, ਯੇਸ਼ੂ ਕੋਲ ਆਵੀਂ ਤੇ ਚੰਗਾ ਏ, ਦੁਨੀਆ ਚ ਤੈਨੂੰ ਜੇ ਚੈਨ ਨਹੀਂ ਲੱਗਦਾ। ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਣਾ ਏ, ਪਾਪਾਂ ਦੇ ਹਨੇਰਿਆਂ ਚ ਕਿੱਥੇ ਲੰਘਾ ਜਾਣਾ ਏ, ਉੱਚੇ ਨੀਵੇਂ ਥਾਵਾਂ ਵਿੱਚ ਖੇਡੇ ਪਿਆ ਖਾਣਾ ਏ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਲੱਭਦਾ, ਤੇਰਾ ਜਿਹੜਾ ਪਾਰ ਚੁੱਕੇ ਤੈਨੂੰ ਨਹੀਂ ਲੱਭਦਾ, ਯੇਸ਼ੂ ਕੋਲ ਆਵੇਂ ਤੇ ਚੰਗਾ ਏ, ਦੁਨੀਆ 'ਚ ਤੈਨੂੰ ਜੇ ਚੈਨ ਨਹੀਂ ਲੱਭਦਾ। ਪ੍ਰੇਜ਼ ਦਾ ਲੋਡ ਐਵਰੀਵਨ, ਮੈਂ ਪਾਸਟਰ ਕੁਲਭੂਸ਼ਨ ਜੌਹਰ, ਏਸ਼ੀਅਨ ਚਰਚ ਆਫ ਕ੍ਰਾਈਸਟ ਵੈਨਕੂਵਰ BC ਤੋਂ ਪ੍ਰੋਗਰਾਮ ਨਵੀਂ ਜ਼ਿੰਦਗੀ ਦੇ ਵੱਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ। ਮੈਂ ਉਮੀਦ ਕਰਦਾ ਤੁਸੀਂ ਸਾਰੇ ਚੰਗੇ ਹੋਵੋਗੇ, ਤੰਦਰੁਸਤ ਹੋਵੋਗੇ ਅਤੇ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਵੱਧ ਰਹੇ ਹੋਵੋਗੇ। ਆਓ ਹਰ ਵਾਰ ਦੀ ਤਰ੍ਹਾਂ ਪਰਮੇਸ਼ੁਰ ਦੇ ਵਚਨ ਦੇ ਵਿੱਚੋਂ ਸਿੱਖਣ ਤੋਂ ਪਹਿਲਾਂ, ਕਲਾਮ ਨੂੰ ਪੜ੍ਹਨ ਤੋਂ ਪਹਿਲਾਂ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ, ਆਪਣੇ ਸਿਰਾਂ ਨੂੰ ਝੁਕਾਈਏ, ਆਓ ਅਸੀਂ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਪਰਮੇਸ਼ੁਰ, ਯੇਸ਼ੂ ਮਸੀਹ ਨਾਸਰੀ, ਧੰਨਵਾਦ ਕਰਦੇ ਹਾਂ ਤੁਹਾਡਾ, ਤੁਸੀਂ ਦਇਆ ਕਰਨ ਵਾਲੇ ਪਰਮੇਸ਼ੁਰ ਹੋ। ਖੁਦਾਵੰਦ, ਤੁਸੀਂ ਅੱਛੇ ਸੱਚੇ ਜੀਵੀ ਤੋਂ ਪ੍ਰਾਰਥਨਾ ਨੂੰ ਸੁਣਦੇ ਹੋ। ਇਸ ਵਕਤ ਸਾਨੂੰ ਮੌਕਾ ਦਿੱਤਾ ਤੁਹਾਡੀ ਹਜ਼ੂਰੀ 'ਚ ਬੈਠ ਸਕੀਏ। ਖੁਦਾਵੰਦ, ਅੱਜ ਜਦੋਂ ਅਸੀਂ ਤੁਹਾਡੇ ਵਚਨਾਂ 'ਚੋਂ ਸਿੱਖੀਏ, ਤੁਹਾਡੇ ਵਚਨਾਂ 'ਤੇ ਮੈਡੀਟੇਟ ਕਰੀਏ, ਇਹ ਵਚਨ ਹਰ ਇੱਕ ਨਾਲ ਗੱਲ ਕਰਨ, ਇਹ ਵਚਨ ਜੀਵਿਤ ਹੋ ਜਾਣ, ਖੁਦਾਵੰਦ ਰੇਮਾ ਵਰਡ ਬਣਨ, ਖੁਦਾਵੰਦ ਤੁਹਾਡੇ ਨਾਮ ਦੇ ਵਿੱਚ ਰੂਹਾਂ ਬਚਾਈਆਂ ਜਾਣ, ਲੋਕ ਹੀਲ ਹੋਣ, ਲੋਕ ਡਿਲੀਵਰ ਹੋਣ, ਖੁਦਾਵੰਦ ਤੁਹਾਡੇ ਨਾਮ ਨੂੰ ਮਹਿਮਾ ਮਿਲੇ। ਅੱਜ ਇੱਕ ਵੱਡੇ ਬਦਲਾਵ ਨੂੰ ਹਰੇਕ ਦੀ ਲਾਈਫ 'ਚ ਦੇਖੀਏ, ਹਰ ਇੱਕ ਜਨ ਨਵੀਂ ਜ਼ਿੰਦਗੀ ਦੇ ਨਾਲ ਜੁੜ ਜਾਵੇ, ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ। ਆਮੇਨ, 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 ਹਾਲੇਲੂਇਆ। ਮੈਂ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਭੂ ਯੇਸ਼ੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅੱਜ ਮੈਂ ਤੁਹਾਡੇ ਨਾਲ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਟੌਪਿਕ 'ਤੇ ਗੱਲ ਕਰਨ ਵਾਲਾ ਵਾਂ। ਅਸੀਂ ਜਾਣਦੇ ਹਾਂ ਅੱਜ ਜਿਸ ਹਾਲਾਤ ਦੇ ਵਿੱਚ ਅਸੀਂ ਜੀ ਰਹੇ ਹਾਂ, ਮੈਂ ਤੁਹਾਨੂੰ ਹਮੇਸ਼ਾ ਦੱਸਦਾ ਕਿ ਅਸੀਂ ਅੰਤਿਮ ਦਿਨਾਂ 'ਚ, ਆਖਰੀ ਦਿਨਾਂ 'ਚ ਜੀ ਰਹੇ ਹਾਂ। ਇਹਨਾਂ ਆਖਰੀ ਦਿਨਾਂ ਦੇ ਵਿੱਚ ਡੈਵਲ ਦਾ ਸਭ ਤੋਂ ਵੱਡਾ ਹਥਿਆਰ ਜੋ ਹੈ, ਉਹ ਹੈ ਹਰੇਕ ਦੀ ਲਾਈਫ ਦੇ ਵਿੱਚੋਂ ਪੀਸ ਨੂੰ, ਸ਼ਾਂਤੀ ਨੂੰ ਅਲੱਗ ਕਰ ਦੇਣਾ। ਜਿਵੇਂ ਅਸੀਂ ਦੇਖਦੇ ਹਾਂ ਅੱਜ ਦੇ ਟਾਈਮ ਦੇ ਵਿੱਚ ਮਹਿੰਗਾਈ ਬਹੁਤ ਜ਼ਿਆਦਾ, ਅਸੀਂ ਦੇਖਦੇ ਹਾਂ ਲੜਾਈਆਂ ਹੋ ਰਹੀਆਂ, ਅਸੀਂ ਦੇਖ ਰਹੇ ਹਾਂ ਮੌਸਮ 'ਚ ਬਹੁਤ ਵੱਡੀ ਤਬਦੀਲੀ ਆ ਰਹੀ ਹੈ, ਸਭ ਚੀਜ਼ਾਂ ਮਿਲ ਕੇ ਜੇ ਕੁਝ ਕ੍ਰੀਏਟ ਕਰ ਰਹੀਆਂ, ਉਹ ਹੈ ਚਿੰਤਾ, ਉਹ ਹੈ ਇੱਕ ਪੀਸ ਦਾ ਖਤਮ ਹੋ ਜਾਣਾ। ਅੱਜ ਡੈਵਲ ਦਾ ਸਭ ਤੋਂ ਵੱਡਾ ਹਥਿਆਰ ਹੈ ਸ਼ਾਂਤੀ ਨੂੰ, ਪੀਸ ਨੂੰ ਚੋਰੀ ਕਰ ਲੈਣਾ। ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਸ਼ਾਂਤੀ ਦਾ ਰਾਜਕੁਮਾਰ ਹਾਂ, ਯੇਸ਼ੂ ਮਸੀਹ ਨੇ ਦੱਸਿਆ ਕਿ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਉਹ ਸ਼ਾਂਤੀ ਨਹੀਂ ਜੋ ਸੰਸਾਰ ਦਿੰਦਾ, ਪਰ ਮੈਂ ਤੁਹਾਨੂੰ ਉਹ ਸ਼ਾਂਤੀ ਦਿੰਦਾ ਹਾਂ
ਹਾਂ ਜੋ ਪਿਤਾ ਨੇ ਮੈਨੂੰ ਦਿੱਤੀ। ਅੱਜ ਮੈਂ ਤੁਹਾਨੂੰ ਦੱਸਾਂਗਾ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਕੀ ਹੈ ਉਹ ਪੀਸ, ਕੀ ਹੈ ਉਹ ਸ਼ਾਂਤੀ, ਅਤੇ ਕਿਸ ਤਰ੍ਹਾਂ ਉਹ ਪੀਸ ਅਸੀਂ ਲੈ ਸਕਦੇ ਹਾਂ ਸਾਡੀ ਲਾਈਫ ਦੇ ਵਿੱਚੋਂ, ਤਾਂ ਰੁਕ ਸਕਦਾ ਸਾਡੀ ਲਾਈਫ 'ਤੇ, ਠਹਿਰ ਸਕਦਾ। ਮੇਰੇ ਪਿਆਰਿਓ, ਅੱਜ ਅਸੀਂ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਬਹੁਤ ਗਹਿਰੇ ਭੇਦ ਨੂੰ ਸਿੱਖਣ ਵਾਲੇ ਹਾਂ। ਸੋ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਆਪਣੇ ਕੰਮਾਂ ਨੂੰ ਛੱਡ ਕੇ ਪਰਮੇਸ਼ੁਰ ਦੇ ਕਲਾਮ ਦੇ ਉੱਤੇ ਮੈਡੀਟੇਟ ਕਰੋ। ਸਭ ਕੁਝ ਛੱਡ ਕੇ ਪਰਮੇਸ਼ੁਰ ਦੇ ਕਲਾਮ ਨੂੰ ਅੱਜ ਤੁਸੀਂ ਸੁਣੋ, ਇਹਨੂੰ ਰਿਸੀਵ ਕਰੋ, ਤਾਂ ਕਿ ਇਹ ਪੀਸ, ਇਹ ਸ਼ਾਂਤੀ ਜੋ ਯਿਸੂ ਮਸੀਹ ਨੇ ਦਿੱਤੀ, ਤੁਹਾਡੇ ਹਰੇਕ ਦੀ ਲਾਈਫ ਦੇ ਉੱਤੇ ਠਹਿਰਨ ਵਾਲੀ ਹੋਵੇ। ਹਾਲੇਲੂਇਆ। ਆਓ ਅਸੀਂ ਪਰਮੇਸ਼ੁਰ ਦੇ ਕਲਾਮ ਦੇ ਵਿੱਚੋਂ ਇੱਕ ਹਿੱਸੇ ਨੂੰ ਪੜ੍ਹਦੇ ਹਾਂ ਜੋ ਸਾਨੂੰ ਮਿਲਦਾ ਯੋਹੰਨਾ ਦੀ ਕਿਤਾਬ, ਉਹਦਾ 14 ਅਧਿਆਇ, ਉਹਦੀ 25 ਆਇਤ ਤੋਂ ਮੈਂ ਤੁਹਾਡੇ ਲਈ ਪੜ੍ਹਾਂਗਾ। ਇੱਥੇ ਲਿਖਿਆ, ਤੁਹਾਡੇ ਨਾਲ ਰਹਿੰਦਿਆਂ ਹੋਇਆਂ ਹੀ ਮੈਂ ਇਹ ਗੱਲਾਂ ਤੁਹਾਨੂੰ ਦੱਸ ਦਿੱਤੀਆਂ ਹਨ, ਪਰ ਫਿਰ ਮਦਦਗਾਰ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਂ ਉੱਤੇ ਘੱਲੇਗਾ, ਉਹ ਤੁਹਾਨੂੰ ਸਾਰੀਆਂ ਗੱਲਾਂ ਸਿਖਾਵੇਗਾ ਅਤੇ ਇਹ ਸਭ ਜੋ ਕੁਝ ਮੈਂ ਤੁਹਾਨੂੰ ਕਿਹਾ ਹੈ ਯਾਦ ਕਰਾਵੇਗਾ। ਮੈਂ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦਿੰਦਾ ਜਿਸ ਤਰ੍ਹਾਂ ਕਿ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਤੁਸੀਂ ਡਰੋ। ਹਾਲੇਲੂਇਆ। ਬਾਈਬਲ ਦੱਸਦੀ ਹੈ ਕਿ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਸ਼ਾਂਤੀ ਦਿੰਦਾ। ਕਿਹੜੀ ਸ਼ਾਂਤੀ? ਜਿਹੜੀ ਸੰਸਾਰ ਦਿੰਦਾ ਉਹ ਸ਼ਾਂਤੀ ਨਹੀਂ, ਪਰ ਉਹ ਸ਼ਾਂਤੀ ਜੋ ਪਿਤਾ ਨੇ ਮੈਨੂੰ ਦਿੱਤੀ, ਜਿਵੇਂ ਪਿਤਾ ਨੇ ਮੈਨੂੰ ਭੇਜਿਆ, ਮੈਂ ਸੇਮ ਚੀਜ਼ ਮੈਂ ਤੁਹਾਨੂੰ ਦਿੰਦਾ ਹਾਂ। ਹੁਣ ਜਦੋਂ ਇਸ ਸ਼ਾਂਤੀ, ਇਸ ਪੀਸ ਵਰਡ ਨੂੰ ਜੇ ਅਸੀਂ ਗ੍ਰੀਕ ਭਾਸ਼ਾ ਦੇ ਵਿੱਚ ਦੇਖਦੇ ਹਾਂ, ਇਹਦਾ ਮਤਲਬ ਹੈ ਪੀਸ ਆਫ ਮਾਇੰਡ, ਇਹਦਾ ਮਤਲਬ ਹੈ ਗੋਡਸ ਗਿਫਟ ਆਫ ਹੋਲਨੈਸ। ਮੀਨਸ ਇਹ ਪਰਮੇਸ਼ੁਰ ਵੱਲੋਂ ਇੱਕ ਗਿਫਟ ਹੈ ਜਿਹੜਾ ਕਿ ਸਭ ਕਾਸੇ ਦੇ ਵਿੱਚ ਹੋਏਗਾ। ਤੁਹਾਨੂੰ ਸ਼ਾਂਤੀ ਪਰਮੇਸ਼ੁਰ ਜਦੋਂ ਦੇਵੇਗਾ, ਉਹ ਸ਼ਾਂਤੀ ਤੁਹਾਡੀ ਫੈਮਿਲੀ ਦੇ ਵਿੱਚ ਹੋਏਗੀ, ਉਹ ਸ਼ਾਂਤੀ ਤੁਹਾਡੇ ਬਿਜ਼ਨਸ ਦੇ ਵਿੱਚ ਹੋਏਗੀ, ਉਹ ਸ਼ਾਂਤੀ ਤੁਹਾਡੀ ਜੋਬ ਦੇ ਵਿੱਚ ਹੋਏਗੀ, ਤੁਹਾਡੇ ਬੱਚਿਆਂ, ਤੁਹਾਡੇ ਪੇਰੈਂਟਸ, ਤੁਹਾਡੇ ਰਿਲੇਸ਼ਨ ਦੇ ਵਿੱਚ ਹੋਏਗੀ। ਜਦੋਂ ਪਰਮੇਸ਼ੁਰ ਤੁਹਾਨੂੰ ਸ਼ਾਂਤੀ ਦੇਵੇਗਾ, ਉਹ ਤੁਹਾਨੂੰ ਹਰ ਪਾਸਿਓਂ ਸ਼ਾਂਤੀ ਦੇਵੇਗਾ। ਹਾਲੇਲੂਇਆ। ਦਾਊਦ ਨੂੰ ਪਰਮੇਸ਼ੁਰ ਨੇ ਜਦੋਂ ਬਲੈਸ ਕੀਤਾ, ਬਾਈਬਲ ਦੱਸਦੀ ਹੈ ਦਾਊਦ ਹਰ ਪਾਸਿਓਂ ਉਹਦੀ ਲਾਈਫ 'ਚ ਸ਼ਾਂਤੀ ਸੀ। ਸੁਲੇਮਾਨ ਨੂੰ ਜਦੋਂ ਬਲੈਸ ਕੀਤਾ, ਹਰ ਪਾਸਿਓਂ ਉਹਦੀ ਲਾਈਫ 'ਚ ਸ਼ਾਂਤੀ ਸੀ। ਜਦੋਂ ਸ਼ਾਂਤੀ ਪਰਮੇਸ਼ੁਰ ਵੱਲੋਂ ਆਉਂਦੀ ਹੈ, ਉਹ ਹਰ ਪਾਸਿਓਂ ਆਉਂਦੀ ਹੈ। ਅਤੇ ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਸ਼ਾਂਤੀ ਪਰਮੇਸ਼ੁਰ ਦਾ ਪਵਿੱਤਰ ਆਤਮਾ ਹੈ। ਜਦੋਂ ਪਰਮੇਸ਼ੁਰ ਦਾ ਆਤਮਾ ਆਉਂਦਾ, ਉਹ ਆਪਣੇ ਨਾਲ ਪੀਸ ਲੈ ਕੇ ਆਉਂਦਾ, ਉਹ ਆਪਣੇ ਨਾਲ ਸ਼ਾਂਤੀ ਲੈ ਕੇ ਆਉਂਦਾ, ਉਹ ਤੁਹਾਡੇ ਮਾਇੰਡ ਨੂੰ ਭਟਕਣ ਨਹੀਂ ਦਿੰਦਾ, ਉਹ ਤੁਹਾਨੂੰ ਕਨਫਿਊਜ਼ ਨਹੀਂ ਕਰਦਾ, ਉਹ ਤੁਹਾਨੂੰ ਪੀਸ ਦਿੰਦਾ। ਅੱਜ ਡੈਵਲ ਇਸ ਗੱਲ ਨੂੰ ਜਾਣਦਾ ਹੈ, ਇਸੇ ਲਈ ਉਹ ਸਾਡੇ ਤੋਂ ਸ਼ਾਂਤੀ ਖੋਣਾ ਚਾਹੁੰਦਾ, ਉਹ ਪੀਸ ਸਾਡੇ ਤੋਂ ਅਲੱਗ ਕਰਨਾ ਚਾਹੁੰਦਾ। ਜਿਵੇਂ ਹੀ ਪੀਸ ਸਾਡੀ ਲਾਈਫ 'ਚੋਂ ਚਲੇ ਜਾਂਦਾ, ਉਸੇ ਟਾਈਮ ਡੈਵਲ ਅਟੈਕ ਕਰਦਾ ਅਤੇ ਪਵਿੱਤਰ ਆਤਮਾ ਤੋਂ ਲੈਕ ਕਰਨ ਲੱਗਦੇ ਹਾਂ। ਅਸੀਂ ਉਹਨਾਂ ਕੰਮਾਂ ਨੂੰ ਕਰਨਾ ਬੰਦ ਕਰ ਦਿੰਦੇ ਹਾਂ, ਪ੍ਰਾਰਥਨਾ ਕਰਨੀ ਬੰਦ ਕਰ ਦਿੰਦੇ ਹਾਂ, ਚੀਜ਼ਾਂ ਅਲੱਗ ਹੋ ਜਾਂਦੀਆਂ, ਡਿਸਟਰੈਕਸ਼ਨ ਆਉਂਦੀ ਹੈ। ਜਦੋਂ ਇਹ ਇਸ ਤਰ੍ਹਾਂ ਕੰਮ ਕਰਦਾ, ਪਰਮੇਸ਼ੁਰ ਦੀ ਉਹ ਸ਼ਾਂਤੀ ਜੋ ਪਰਮੇਸ਼ੁਰ ਸਾਨੂੰ ਦੇਣਾ ਚਾਹੁੰਦਾ, ਮੈਂ ਤੁਹਾਨੂੰ ਪੜ੍ਹਾਇਆ, ਇਹਦਾ ਮਤਲਬ ਹੈ ਗੋਡਸ ਗਿਫਟ ਆਫ ਹੋਲਨੈਸ। ਜਦੋਂ ਸਭ ਚੀਜ਼ਾਂ ਬਾਈਬਲ ਦੀਆਂ ਜੋ ਇਕੱਠੀਆਂ ਜੁੜ ਜਾਂਦੀਆਂ ਨੇ, ਸਭ ਪਾਸਿਓਂ ਪੀਸ ਸ਼ਾਂਤੀ ਲਾਈਫ 'ਚ ਆਉਂਦੀ ਹੈ, ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ, ਫੀਲ ਕਰਦੇ ਹਾਂ। ਹਾਲੇਲੂਇਆ। ਡੈਵਲ ਦਾ ਇਹ ਬਹੁਤ ਇੱਕ ਵੱਡਾ ਹਥਿਆਰ ਹੈ ਕਿ ਉਹ ਲੋਕਾਂ ਦੀ ਲਾਈਫ 'ਚੋਂ ਸ਼ਾਂਤੀ, ਪੀਸ, ਪਵਿੱਤਰ ਆਤਮਾ ਨੂੰ ਅਲੱਗ ਕਰਨਾ ਚਾਹੁੰਦਾ। ਕਿਉਂ? ਕਿਉਂਕਿ ਬਾਈਬਲ ਇਹ ਦੱਸਦੀ ਹੈ ਕਿ ਜਦੋਂ ਜਦੋਂ ਬਾਈਬਲ ਦੇ ਵਿੱਚ ਲੋਕਾਂ ਦੀ ਲਾਈਫ 'ਚੋਂ ਪੀਸ ਚਲੇ ਜਾਂਦਾ ਸੀ, ਸ਼ਾਂਤੀ ਚਲੇ ਜਾਂਦੀ ਸੀ, ਜਦੋਂ
ਪਵਿੱਤਰ ਆਤਮਾ ਤੋਂ ਅਲੱਗ ਹੋ ਜਾਂਦੇ ਸੀ, ਉਸ ਟਾਈਮ ਸਭ ਤੋਂ ਵੱਧ ਟਰਬਲ ਲਾਈਫ ਦੇ ਵਿੱਚ ਹੁੰਦੀ ਸੀ। ਉਸ ਟਾਈਮ ਦਿਮਾਗ ਬੰਦ ਹੋ ਜਾਂਦਾ ਸੀ, ਉਹ ਪ੍ਰਾਰਥਨਾ ਕਰਨਾ ਛੱਡ ਦਿੰਦੇ ਸੀ, ਚੀਜ਼ਾਂ ਚੇਂਜ ਹੋ ਜਾਂਦੀਆਂ ਸੀ, ਆਪਣੀ ਅਥਾਰਟੀ ਨੂੰ ਭੁੱਲ ਜਾਂਦੇ ਸੀ, ਇੰਨੀ ਟਰਬਲ ਲਾਈਫ ਦੇ ਵਿੱਚ ਆ ਜਾਂਦੀ ਸੀ ਜਿਹਦਾ ਹੱਲ ਉਹ ਖੁਦ ਕਰ ਸਕਦੇ ਸੀ ਪਰ ਉਹ ਕਰ ਨਹੀਂ ਪਾਉਂਦੇ ਸੀ। ਕਿਉਂ? ਕਿਉਂਕਿ ਉਹ ਪੀਸ, ਉਹ ਸ਼ਾਂਤੀ ਉਹਦੀ ਲਾਈਫ 'ਚੋਂ ਚਲੀ ਜਾਂਦੀ ਸੀ। ਇਸੇ ਲਈ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਪੀਸ ਦਿੰਦਾ, ਮੈਂ ਤੁਹਾਨੂੰ ਸ਼ਾਂਤੀ ਦਿੰਦਾ। ਜਿਹੜੀ ਸ਼ਾਂਤੀ ਸੰਸਾਰ ਦਿੰਦਾ ਉਹ ਸ਼ਾਂਤੀ ਨਹੀਂ, ਜਿਹੜੀ ਸ਼ਾਂਤੀ ਮੈਂ ਦੇਵਾਂਗਾ ਉਹ ਸ਼ਾਂਤੀ ਹੈ ਜੋ ਪਰਮੇਸ਼ਵਰ ਦੇ ਵੱਲੋਂ ਆ। ਫਿਰ ਕੋਈ ਮੈਟਰ ਨਹੀਂ ਕਰੇਗਾ ਮਹਿੰਗਾਈ ਕਿੱਥੇ ਜਾ ਰਹੀ ਹੈ, ਫਿਰ ਕੋਈ ਮੈਟਰ ਨਹੀਂ ਕਰੇਗਾ ਲੜਾਈਆਂ ਹੋ ਰਹੀਆਂ, ਭੁਚਾਲ ਆ ਰਹੇ ਨੇ, ਕੀ ਹੋ ਰਿਹਾ, ਫਿਰ ਉਹ ਕੁਛ ਮੈਟਰ ਨਹੀਂ ਕਰੇਗਾ। ਫਿਰ ਪਰਮੇਸ਼ਵਰ ਦੀ ਸ਼ਾਂਤੀ ਤੁਹਾਡੇ ਦਿਲ ਦੇ ਵਿੱਚ ਵਾਸ ਕਰੇਗੀ। ਪੌਲੂਸ ਕਹਿੰਦਾ, ਮੇਰੇ ਲਈ ਜਿਉਣਾ ਮਸੀਹ ਅਤੇ ਮਰਨਾ ਲਾਭ ਹੈ। ਜੇ ਇਸ ਦੁਨੀਆ 'ਤੇ ਮੈਂ ਜੀ ਰਿਹਾ ਇਹ ਪਰਮੇਸ਼ਵਰ ਦੇ ਵੱਲੋਂ ਆ, ਅਤੇ ਜੇ ਮੈਂ ਮਰ ਵੀ ਗਿਆ ਤਾਂ ਮੈਂ ਪਰਮੇਸ਼ਵਰ ਨੂੰ ਜਾ ਕੇ ਮਿਲਾਂਗਾ। ਪੌਲੂਸ ਇਸ ਗੱਲ ਨੂੰ ਦੱਸਦਾ ਸੀ ਕਿ ਮੇਰੇ ਕੋਲ ਉਹ ਸ਼ਾਂਤੀ ਹੈ, ਮੇਰੇ ਕੋਲ ਉਹ ਪਵਿੱਤਰ ਆਤਮਾ ਹੈ, ਮੇਰੇ ਕੋਲ ਉਹ ਪੀਸ ਹੈ ਜੋ ਮੇਰੇ ਤੋਂ ਕੋਈ ਨਹੀਂ ਖੋ ਸਕਦਾ। ਹਾਲੇਲੂਇਆ। ਡੈਵਲ ਅੱਜ ਇਹੀ ਚਾਹੁੰਦਾ ਕਿ ਇੱਕ ਵਿਸ਼ਵਾਸੀ ਦੀ ਲਾਈਫ 'ਚੋਂ ਉਹ ਸ਼ਾਂਤੀ ਨੂੰ ਲੈ ਲਵੇ, ਇੱਕ ਵਿਸ਼ਵਾਸੀ ਦੀ ਲਾਈਫ 'ਚੋਂ ਪਵਿੱਤਰ ਆਤਮਾ ਦੇ ਕੰਮਾਂ ਨੂੰ ਖਤਮ ਕਰ ਦੇਵੇ, ਤਾਂ ਕਿ ਉਹ ਗਿਲਟੀ ਹੋ ਜਾਵੇ, ਤਾਂ ਕਿ ਉਹ ਆਪਣੀ ਲਾਈਫ ਦੇ ਵਿੱਚ ਉਦਾਸ ਰਵੇ, ਉਹ ਆਪਣੀ ਲਾਈਫ ਦੇ ਵਿੱਚ ਡਿਸੀਜ਼ਨ ਨਾ ਬਣਾ ਸਕੇ, ਕਨਫਿਊਜ਼ ਹੋ ਜਾਵੇ। ਜਦੋਂ ਉਹ ਇਸ ਤਰ੍ਹਾਂ ਕਰੇਗਾ ਤਾਂ ਉਹ ਪਰਮੇਸ਼ਵਰ ਤੋਂ ਆਪਣੇ ਆਪ ਨੂੰ ਦੂਰ ਕਰ ਲਏਗਾ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ, ਬ੍ਰੇਕ ਤੋਂ ਬਾਅਦ ਅਸੀਂ ਪਰਮੇਸ਼ਵਰ ਦੇ ਕਲਾਮ 'ਚੋਂ ਸਿੱਖਾਂਗੇ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਦੇ ਵਿੱਚ। ਅਸੀਂ ਦੇਖ ਰਹੇ ਹਾਂ ਕਿ ਯਿਸੂ ਮਸੀਹ ਦੀ ਉਹ ਸ਼ਾਂਤੀ ਜੋ ਉਹ ਸਾਨੂੰ ਦਿੰਦਾ, ਕੀ ਹੈ ਉਹ ਸ਼ਾਂਤੀ? ਉਹ ਸ਼ਾਂਤੀ ਹੈ ਸਪਿਰਿਟ ਆਫ ਗੋਡ, ਉਹ ਸ਼ਾਂਤੀ ਹੈ ਪਵਿੱਤਰ ਆਤਮਾ। ਹੁਣ ਅਸੀਂ ਦੇਖਾਂਗੇ ਕਿ ਕਿਸ ਤਰ੍ਹਾਂ ਉਸ ਸ਼ਾਂਤੀ ਨੂੰ ਅਸੀਂ ਲੈ ਸਕਦੇ ਹਾਂ। ਅਸੀਂ ਸੁਣਦੇ ਤਾਂ ਹਾਂ, ਅਸੀਂ ਦੇਖਦੇ ਤਾਂ ਹਾਂ, ਪਰ ਅਸੀਂ ਕਦੇ ਉਸ ਚੀਜ਼ ਨੂੰ ਗ੍ਰੈਬ ਨਹੀਂ ਕਰ ਪਾਉਂਦੇ। ਜਦੋਂ ਟਰਬਲ ਆਉਂਦੀ ਹੈ ਅਸੀਂ ਡਿਸਟਰਬ ਹੋ ਜਾਂਦੇ ਹਾਂ। ਕੀ ਉਹ ਚੀਜ਼ ਹੈ ਕਿ ਅਸੀਂ ਕਰੀਏ ਕਿ ਉਹ ਸ਼ਾਂਤੀ ਹਮੇਸ਼ਾ ਤੱਕ ਸਾਡੇ ਨਾਲ ਬਣੀ ਰਹੇ, ਉਹ ਪੀਸ, ਉਹ ਪਵਿੱਤਰ ਆਤਮਾ ਹਮੇਸ਼ਾ ਸਾਨੂੰ ਲੀਡ ਕਰਦਾ ਰਹੇ? ਅਸੀਂ ਵਚਨ ਦੇ ਵਿੱਚ ਦੇਖਾਂਗੇ, ਯੋਹੰਨਾ ਦੀ ਕਿਤਾਬ ਉਹਦਾ 14 ਦੇ ਆਏ ਹੀ ਅਸੀਂ ਪੜ੍ਹਾਂਗੇ, ਪਰ ਉਹਦੀ 21 ਆਇਤ ਤੋਂ ਮੈਂ ਤੁਹਾਡੇ ਲਈ ਪੜ੍ਹਾਂਗਾ। ਇੱਥੇ ਲਿਖਿਆ, ਜੋ ਮੇਰੀਆਂ ਆਗਿਆਵਾਂ ਨੂੰ ਮੰਨਦਾ ਹੈ ਅਤੇ ਉਹਨਾਂ ਉੱਤੇ ਚੱਲਦਾ ਹੈ, ਉਹੀ ਹੈ ਜੋ ਮੈਨੂੰ ਪਿਆਰ ਕਰਦਾ ਹੈ। ਉਸ ਨੂੰ ਮੇਰਾ ਪਿਤਾ ਪਿਆਰ ਕਰੇਗਾ ਅਤੇ ਮੈਂ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕਰਾਂਗਾ। ਯਹੂਦਾ, ਜੋ ਇਸਕਰਿਓਤੀ ਨਹੀਂ ਸੀ, ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ, ਇਹ ਕੀ ਗੱਲ ਹੈ ਕਿ ਤੁਸੀਂ ਸਾਡੇ ਉੱਤੇ ਆਪਣੇ ਆਪ ਨੂੰ ਪ੍ਰਗਟ ਕਰੋਗੇ ਪਰ ਬਾਕੀ ਸੰਸਾਰ ਉੱਤੇ ਨਹੀਂ? ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਜੇ ਕੋਈ ਮੈਨੂੰ ਪਿਆਰ ਕਰੇਗਾ
ਉਹ ਮੇਰੇ ਉਪਦੇਸ਼ ਵੀ ਮੰਨੇਗਾ, ਫਿਰ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ ਅਤੇ ਅਸੀਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। ਪਰ ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਨੂੰ ਨਹੀਂ ਮੰਨਦਾ। ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰੇ ਨਹੀਂ, ਇਹ ਵਚਨ ਮੇਰੇ ਭੇਜਣ ਵਾਲੇ ਪਿਤਾ ਦੇ ਹਨ। ਹਾਲੇਲੂਇਆ। ਯੇਸ਼ੂ ਮਸੀਹ ਨੇ ਇੱਥੇ ਦੱਸਿਆ ਕਿ ਜੋ ਮੈਨੂੰ ਪਿਆਰ ਕਰਦਾ, ਜੋ ਮੈਨੂੰ ਓਨਰ ਕਰਦਾ, ਮੇਰੀਆਂ ਆਗਿਆਵਾਂ ਨੂੰ ਮੰਨੇਗਾ ਅਤੇ ਉਹ ਇਸ ਵਚਨ ਦੇ ਉੱਤੇ ਬਿਲੀਵ ਕਰੇਗਾ। ਲਿਖਿਆ, ਇਹ ਵਚਨ ਜੋ ਤੁਸੀਂ ਸੁਣ ਰਹੇ ਹੋ ਮੇਰਾ ਨਹੀਂ, ਮੇਰੇ ਪਿਤਾ ਦਾ ਹੈ। ਜੇ ਤੁਸੀਂ ਆਪਣੀ ਲਾਈਫ ਦੇ ਵਿੱਚ ਉਸ ਪੀਸ ਨੂੰ, ਉਸ ਸ਼ਾਂਤੀ ਨੂੰ ਹਮੇਸ਼ਾ ਤੱਕ ਬਣਾ ਕੇ ਰੱਖਣਾ ਚਾਹੁੰਦੇ ਹੋ, ਤੁਹਾਨੂੰ ਪਰਮੇਸ਼ੁਰ ਦੇ ਇਸ ਲੋਗੋ, ਉਸ ਵਰਡ ਨੂੰ ਪੜ੍ਹਨਾ ਪਏਗਾ, ਤੁਹਾਨੂੰ ਪਰਮੇਸ਼ੁਰ ਨੂੰ ਟਾਈਮ ਦੇਣਾ ਪਏਗਾ, ਇਸ ਬਾਈਬਲ ਦੇ ਵਚਨ ਨੂੰ ਉਦੋਂ ਤੱਕ ਮੈਡੀਟੇਟ ਕਰਨਾ ਪਵੇਗਾ ਜਦ ਤੱਕ ਇਹ ਵਚਨ ਜਿਉਂਦਾ ਨਾ ਹੋ ਜਾਵੇ, ਜਦ ਤੱਕ ਇਹ ਵਚਨ ਰੇਮਾ ਵਚਨ ਨਾ ਬਣ ਜਾਵੇ, ਇਹ ਸ਼ਾਂਤੀ ਤੁਹਾਡੀ ਲਾਈਫ ਦੇ ਵਿੱਚ ਐਂਟਰ ਨਾ ਹੋ ਜਾਵੇ, ਇਹਦੇ ਉੱਤੇ ਮੈਡੀਟੇਟ ਕਰਨਾ ਪਏਗਾ। ਬਾਈਬਲ ਦੱਸਦੀ ਹੈ ਕਿ ਡੈਵਲ ਸਾਨੂੰ ਡਿਸਟਰੈਕਟ ਕਰਦਾ, ਡੈਵਲ ਸਾਨੂੰ ਕਨਫਿਊਜ਼ ਕਰਦਾ, ਉਹ ਸਾਡੇ ਪੀਸ ਨੂੰ ਅਲੱਗ ਕਰਦਾ। ਕਿਉਂ? ਕਿਉਂਕਿ ਜਦੋਂ ਪੀਸ ਸਾਡੇ ਅੰਦਰ ਰਹੇਗਾ ਅਸੀਂ ਗਲਤ ਡਿਸੀਜ਼ਨ ਨਹੀਂ ਲੈ ਸਕਦੇ। ਜਦੋਂ ਪੀਸ ਸਾਡੇ ਅੰਦਰ ਰਹੇਗਾ, ਜੇ ਸਾਡੇ ਤੱਕ ਕੋਈ ਬੁਰੀ ਖਬਰ ਵੀ ਆਉਂਦੀ ਹੈ, ਕੋਈ ਟਰਬਲ ਵੀ ਆਉਂਦੀ ਹੈ, ਅਸੀਂ ਪਹਿਲਾਂ ਪ੍ਰਾਰਥਨਾ 'ਚ ਜਾਵਾਂਗੇ, ਪਰਮੇਸ਼ੁਰ ਦੇ ਅੱਗੇ ਜਾਵਾਂਗੇ। ਬਾਈਬਲ ਕਹਿੰਦੀ ਹੈ ਕਿ ਤੂੰ ਮੇਰੇ ਕੋਲ ਪ੍ਰਾਰਥਨਾ ਕਰ, ਮੈਂ ਤੈਨੂੰ ਗੂੜ ਅਤੇ ਮੁਸ਼ਕਲ ਗੱਲਾਂ ਸਮਝਣ ਦੀ ਸ਼ਕਤੀ ਦੇਵਾਂਗਾ, ਤੈਨੂੰ ਸਮਰੱਥ ਕਰਾਂਗਾ। ਜਦੋਂ ਅਸੀਂ ਪੀਸ ਨੂੰ ਆਪਣੇ ਤੋਂ ਅਲੱਗ ਕਰ ਦਿੰਦੇ ਹਾਂ, ਅਸੀਂ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਂਦੇ ਹਾਂ, ਉਸ ਤੋਂ ਬਾਅਦ ਸ਼ਾਂਤੀ ਸਾਡੇ ਕੋਲ ਨਹੀਂ ਰਹਿੰਦੀ ਅਤੇ ਅਸੀਂ ਗਲਤ ਡਿਸੀਜ਼ਨ ਲੈਂਦੇ ਹਾਂ। ਹਾਲੇਲੂਇਆ। ਮੇਰੇ ਪਿਆਰਿਓ, ਮੈਂ ਤੁਹਾਨੂੰ ਇੱਕ ਹੋਰ ਵਚਨ ਪੜ੍ਹਾਵਾਂਗਾ ਜੋ ਸਾਨੂੰ ਮਿਲਦਾ ਉਤਪਤ ਦੀ ਕਿਤਾਬ, ਉਤਪਤ ਦੀ ਕਿਤਾਬ ਉਹਦਾ 37 ਅਧਿਆਇ, ਉਹਦੀ 33 ਆਇਤ ਤੋਂ ਮੈਂ ਤੁਹਾਡੇ ਲਈ ਪੜ੍ਹਾਂਗਾ। ਇਹ ਉਹ ਟਾਈਮ ਹੈ ਜਦੋਂ ਬਾਈਬਲ ਦੱਸਦੀ ਹੈ ਯਾਕੂਬ ਨੇ ਜਦੋਂ ਯੂਸਫ ਨੂੰ ਗਵਾ ਦਿੱਤਾ, ਉਸ ਟਾਈਮ ਉਹਦੀ ਲਾਈਫ ਦੇ ਵਿੱਚ ਕੀ ਹੋਇਆ, ਕਿਸ ਤਰ੍ਹਾਂ ਝੂਠੀ ਖਬਰ ਉਹਦੇ ਕੋਲ ਪਹੁੰਚਾਈ ਗਈ ਅਤੇ ਕਿਸ ਤਰ੍ਹਾਂ ਉਸ ਝੂਠ ਦੇ ਵਿੱਚੋਂ ਫਸ ਗਿਆ। ਕਿਉਂ? ਕਿਉਂਕਿ ਪੀਸ ਉਹਦੇ ਕੋਲੋਂ ਅਲੱਗ ਹੋ ਗਿਆ ਸੀ। ਇੱਥੇ ਇਸ ਤਰ੍ਹਾਂ ਲਿਖਿਆ, ਪਿਤਾ ਨੇ ਉਸ ਕੁੜਤੇ ਨੂੰ ਪਛਾਣਦੇ ਹੋਏ ਕਿਹਾ, ਹਾਂ ਇਹ ਉਸੇ ਦਾ ਹੀ ਹੈ, ਕਿਸੇ ਜੰਗਲੀ ਜਾਨਵਰ ਨੇ ਉਸਨੂੰ ਫਾੜ ਖਾਧਾ ਹੈ। ਪਿਤਾ ਨੇ ਆਪਣੇ ਸਭ ਕੱਪੜੇ ਪਾੜ ਸੁੱਟੇ, ਉਸ ਨੇ ਕਾਲੇ ਕੱਪੜੇ ਪਾ ਲਏ, ਉਸ ਨੇ ਆਪਣੇ ਪੁੱਤਰ ਲਈ ਕਈ ਦਿਨਾਂ ਤੱਕ ਸੋਗ ਕੀਤਾ। ਉਸ ਦੇ ਸਾਰੇ ਧੀਆਂ ਪੁੱਤਰਾਂ ਨੇ ਉਸ ਦੇ ਕੋਲ ਆਏ ਕਿ ਉਸ ਨੂੰ ਤਸੱਲੀ ਦੇਣ, ਪਰ ਉਸਨੂੰ ਕਿਸੇ ਤਰ੍ਹਾਂ ਵੀ ਤਸੱਲੀ ਨਹੀਂ ਆ ਰਹੀ ਸੀ। ਉਸ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਆਪਣੇ ਪੁੱਤਰ ਦਾ ਸੋਗ ਉਸ ਸਮੇਂ ਤੱਕ ਕਰਾਂਗਾ ਜਦੋਂ ਤੱਕ ਮੈਂ ਆਪ ਵੀ ਉਸ ਦੇ ਕੋਲ ਮੁਰਦਿਆਂ ਦੇ ਲੋਕ ਵਿੱਚ ਨਾ ਪਹੁੰਚ ਜਾਵਾਂ। ਇਸ ਤਰ੍ਹਾਂ ਉਹ ਆਪਣੇ ਪੁੱਤਰ ਯੂਸਫ ਦੇ ਲਈ ਸੋਗ ਮਨਾਉਂਦਾ ਰਿਹਾ। ਦੂਜੇ ਪਾਸੇ ਇਸ਼ਮਾਇਲੀ ਯੂਸਫ ਨੂੰ ਮਿਸਰ ਵਿੱਚ ਲੈ ਗਏ, ਉਸ ਨੂੰ ਉਹਨਾਂ ਨੇ ਇੱਕ ਪੋਤੀਪੋਰ ਨਾਂ ਦੇ ਮਿਸਰੀ ਕੋਲ ਵੇਚ ਦਿੱਤਾ। ਪੋਤੀਪੋਰ ਮਿਸਰ ਦੇ ਰਾਜਾ ਦਾ ਇੱਕ ਉੱਚਾ ਅਧਿਕਾਰੀ ਸੀ। ਹਾਲੇਲੂਇਆ। ਮੇਰੇ ਪਿਆਰੇ, ਉਹ ਬਾਈਬਲ ਦੱਸਦੀ ਹੈ ਕਿ ਜਦੋਂ ਯੂਸਫ ਨੂੰ ਉਹਦੇ ਭਰਾਵਾਂ ਨੇ ਵੇਚ ਦਿੱਤਾ, ਉਹਨੂੰ ਜਾਣ ਬੁੱਝ ਕੇ ਉਹਦਾ ਅੰਗ ਰੱਖਾ ਲੈ ਕੇ ਯਾਕੂਬ ਨੂੰ ਦਿਖਾਇਆ ਗਿਆ ਕਿ ਦੇਖ ਉਹਨੂੰ ਤਾਂ ਜੰਗਲੀ ਜਾਨਵਰ ਨੇ ਮਾਰ ਦਿੱਤਾ, ਜਦੋਂ ਯਾਕੂਬ ਨੇ ਉਸ ਅੰਗ ਰੱਖੇ ਨੂੰ ਦੇਖਿਆ ਉਹ ਬਹੁਤ ਉਦਾਸ ਹੋ ਗਿਆ। ਬਾਈਬਲ ਕਹਿੰਦੀ ਉਹਦੇ ਬਾਕੀ ਧੀਆਂ ਪੁੱਤ ਉਹਦੇ ਕੋਲ ਆਏ ਤਾਂ ਕਿ ਉਹਨੂੰ ਹੌਸਲਾ ਦੇ ਸਕਣ, ਪਰ ਉਹ ਕਹਿੰਦਾ ਨਹੀਂ, ਮੇਰੇ ਕੋਲ ਸ਼ਾਂਤੀ ਨਹੀਂ, ਮੇਰੇ ਕੋਲ ਪੀਸ ਨਹੀਂ, ਮੈਂ ਪੀਸ ਗਵਾ ਚੁੱਕਿਆ। ਉਹ ਕਹਿੰਦਾ ਹੁਣ ਮੈਂ ਆਪਣੇ ਪੁੱਤਰ ਕੋਲ ਚਲਾ ਜਾਵਾਂਗਾ। ਮੀਨਜ਼ ਉਹ ਹੁਣੇ ਚਾਹੁੰਦਾ ਸੀ ਕਿ ਮੈਂ ਵੀ ਮਰ ਜਾਵਾਂ ਅਤੇ ਆਪਣੇ ਪੁੱਤਰ ਯੂਸਫ ਕੋਲ ਮੈਂ ਚਲਾ ਜਾਵਾਂ। ਮੇਰੇ ਪਿਆਰਿਓ, ਜਦੋਂ ਪੀਸ, ਜਦੋਂ ਸ਼ਾਂਤੀ ਉਹਦੇ ਕੋਲੋਂ ਚਲੀ ਗਈ, ਜਦੋਂ ਉਹ ਡਿਸਟਰਬ ਹੋ ਗਿਆ, ਡਿਸਟਰੈਕਟ ਹੋ ਗਿਆ, ਉਹ ਇਸ ਚੀਜ਼ ਨੂੰ ਵੀ ਭੁੱਲ ਗਿਆ ਕਿ ਪਰਮੇਸ਼ੁਰ ਕੋਲ ਮੈਂ ਪ੍ਰਾਰਥਨਾ ਕਰਾਂ ਤਾਂ ਕਿ ਉਹ ਮੈਨੂੰ ਦੱਸੇ ਕਿ ਕੀ ਸਹੀ ਹੈ।
ਡੈਵਲ ਉਹ ਚੀਜ਼ਾਂ ਦਿਖਾਉਂਦਾ ਜੋ ਨਾ ਹੈ ਅਤੇ ਨਾ ਹੋਣਗੀਆਂ, ਪਰ ਜਦੋਂ ਅਸੀਂ ਆਪਣੇ ਪੀਸ ਨੂੰ ਗਵਾ ਦਿੰਦੇ ਹਾਂ ਅਸੀਂ ਉਹਨਾਂ ਵੱਲ ਅਟਰੈਕਟ ਹੁੰਦੇ ਹਾਂ ਅਤੇ ਚੀਜ਼ਾਂ ਖਰਾਬ ਹੋ ਜਾਂਦੀਆਂ। ਕੀ ਤੁਸੀਂ ਜਾਣਦੇ ਹੋ ਕਿ ਇੱਕ ਪਾਸੇ ਯਾਕੂਬ ਨੂੰ ਸ਼ੈਤਾਨ ਉਹਦਾ ਸ਼ਾਂਤੀ ਉਹਦੀ ਪੀਸ ਨੂੰ ਖੋ ਕੇ ਉਹਨੂੰ ਟਰਬਲ 'ਚ ਧੱਕਾ ਦੇ ਰਿਹਾ ਸੀ, ਪਰ ਦੂਸਰੇ ਪਾਸੇ ਜਿਸ ਵਜ੍ਹਾ ਦੇ ਨਾਲ ਸ਼ੈਤਾਨ ਦਿਖਾ ਰਿਹਾ ਸੀ ਕਿ ਤੇਰਾ ਪੀਸ ਤੇਰੇ ਤੋਂ ਅਲੱਗ ਹੋ ਗਿਆ, ਤੇਰੀ ਸ਼ਾਂਤੀ ਉਹ ਪਵਿੱਤਰ ਆਤਮਾ ਦਾ ਕੰਮ ਤੇਰੇ ਤੋਂ ਅਲੱਗ ਹੋ ਗਿਆ, ਜਿਸ ਵਜ੍ਹਾ ਨੂੰ ਉਹ ਦਿਖਾ ਰਿਹਾ ਸੀ ਉਸ ਵਜ੍ਹਾ ਨੂੰ ਪਰਮੇਸ਼ੁਰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਚਮਕਾ ਰਹੇ ਸੀ। ਯੂਸਫ ਨੂੰ ਪੋਤੀਪੁਰ ਦੇ ਘਰੇ ਵੇਚਿਆ ਗਿਆ, ਉਹਦੀ ਟ੍ਰੇਨਿੰਗ ਦਾ ਟਾਈਮ ਸੀ, ਉਸ ਟਾਈਮ ਤੋਂ ਨਿਕਲ ਕੇ ਉਹ ਉਸ ਮਿਸਰ ਦਾ ਪ੍ਰਧਾਨ ਮੰਤਰੀ ਬਣਾਇਆ ਗਿਆ। ਹਾਲੇਲੂਇਆ। ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ ਸ਼ੈਤਾਨ ਨੇ ਉਹਨੂੰ ਕੀ ਔਫਰ ਕੀਤਾ, ਤੇਰਾ ਮੁੰਡਾ ਖਤਮ ਹੋ ਗਿਆ, ਮਰ ਗਿਆ। ਜੇ ਯਾਕੂਬ ਉਸ ਟਾਈਮ 'ਤੇ ਆਪਣੀ ਪੀਸ ਨੂੰ ਆਪਣੀ ਸ਼ਾਂਤੀ ਨੂੰ ਬਣਾ ਕੇ ਰੱਖਦਾ ਤਾਂ ਉਹ ਪਹਿਲਾਂ ਪ੍ਰਾਰਥਨਾ ਕਰਦਾ ਪਰਮੇਸ਼ੁਰ ਕੋਲ ਕਿ ਪਰਮੇਸ਼ੁਰ ਇਹ ਕਿੱਦਾਂ ਹੋ ਗਿਆ, ਮੈਨੂੰ ਦੱਸ ਕਿ ਮੈਂ ਕੀ ਕਰਾਂ। ਕੀ ਪਰਮੇਸ਼ੁਰ ਉਹਦੀ ਪ੍ਰਾਰਥਨਾ ਸੁਣ ਕੇ ਉਹਦੇ ਉੱਤੇ ਜ਼ਾਹਿਰ ਨਾ ਕਰਦੇ ਕਿ ਯੂਸਫ ਮਰਿਆ ਨਹੀਂ, ਉਹ ਪੋਤੀਪੁਰ ਦੇ ਘਰ ਦੇ ਵਿੱਚ ਹੈ। ਡੈਫੀਨੇਟਲੀ ਪਰਮੇਸ਼ੁਰ ਉਹਦੇ ਉੱਤੇ ਜ਼ਾਹਿਰ ਕਰਦੇ, ਪਰ ਪਰਮੇਸ਼ੁਰ ਨੇ ਉਹਦੇ ਨਾਲ ਗੱਲ ਨਹੀਂ ਕੀਤੀ। ਕਿਉਂ ਗੱਲ ਨਹੀਂ ਕੀਤੀ? ਕਿਉਂਕਿ ਉਹ ਆਪਣਾ ਪੀਸ, ਆਪਣੀ ਸ਼ਾਂਤੀ, ਪਵਿੱਤਰ ਆਤਮਾ ਦੇ ਕੰਮਾਂ ਨੂੰ ਉਹ ਗਵਾ ਚੁੱਕਿਆ ਸੀ। ਹਾਲੇਲੂਇਆ। ਕੀ ਯੂਸਫ ਮਰ ਚੁੱਕਿਆ ਸੀ? ਕੀ ਯੂਸਫ ਨੂੰ ਸੱਚਮੁੱਚ ਜੰਗਲੀ ਜਾਨਵਰ ਨੇ ਮਾਰ ਦਿੱਤਾ ਸੀ? ਨਹੀਂ, ਅਜਿਹਾ ਕੁਝ ਵੀ ਨਹੀਂ ਸੀ, ਪਰ ਡੈਵਲ ਨੇ ਉਹਨੂੰ ਉਹ ਦਿਖਾਇਆ ਜੋ ਹੋਇਆ ਹੀ ਨਹੀਂ। ਉਹਨੂੰ ਉਹ ਦਿਖਾ ਕੇ ਡੈਵਲ ਨੇ ਉਹਨੂੰ ਉਹਦੇ ਸ਼ਾਂਤੀ ਨੂੰ, ਉਹਦੇ ਪੀਸ ਨੂੰ ਗ੍ਰੈਬ ਕਰ ਲਿਆ, ਉਹਦੀ ਸੋਚਣ ਦੀ ਸ਼ਕਤੀ ਖਤਮ ਹੋ ਗਈ। ਉਹ ਕਹਿੰਦਾ ਹੁਣ ਮੇਰਾ ਬੇਟਾ ਮੇਰੇ ਕੋਲ ਨਹੀਂ ਆਏਗਾ, ਪਰ ਮੈਂ ਮਰ ਕੇ ਉਹਦੇ ਕੋਲ ਚਲਾ ਜਾਵਾਂਗਾ। ਉਹਨੇ ਪ੍ਰਾਰਥਨਾ ਕਰਨੀ ਵੀ ਜ਼ਰੂਰੀ ਨਹੀਂ ਸਮਝੀ। ਇਹ ਚੀਜ਼ਾਂ ਸਾਡੀ ਲਾਈਫ 'ਤੇ ਇਫੈਕਟ ਕਰਦੀਆਂ। ਜਦੋਂ ਸਾਨੂੰ ਡੈਵਲ ਡਿਸਟਰੈਕਟ ਕਰਦਾ, ਜਦੋਂ ਉਹ ਸਾਡੀ ਸ਼ਾਂਤੀ ਨੂੰ ਭੰਗ ਕਰਦਾ, ਤਾਂ ਅਸੀਂ ਉਹਨੂੰ ਹੋਣ ਦਿੰਦੇ ਹਾਂ। ਹਾਲੇਲੂਇਆ। ਮੇਰੇ ਪਿਆਰਿਓ, ਜੇ ਸ਼ਾਂਤੀ ਤੁਹਾਡੀ ਲਾਈਫ ਦੇ ਵਿੱਚ ਹੈ, ਜੇ ਪਵਿੱਤਰਤਾ ਹੀ ਤੁਹਾਡੀ ਲਾਈਫ ਦੇ ਵਿੱਚ ਹੈ, ਜੇ ਪਵਿੱਤਰ ਆਤਮਾ ਦੇ ਕੰਮ ਤੁਹਾਡੀ ਲਾਈਫ ਦੇ ਵਿੱਚ ਹੈ, ਤੁਸੀਂ ਪ੍ਰਾਰਥਨਾ 'ਚ ਬਣੇ ਰਹੋਗੇ, ਪੀਸ ਤੁਹਾਡੇ ਤੋਂ ਕਦੇ ਅਲੱਗ ਨਹੀਂ ਹੋਏਗਾ, ਅਤੇ ਤੁਸੀਂ ਪਰਮੇਸ਼ੁਰ ਦੇ ਕੰਮਾਂ ਨੂੰ ਦੇਖੋਗੇ। ਹਾਲੇਲੂਇਆ। ਅਸੀਂ ਰੁਕਾਂਗੇ ਇੱਕ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ।
ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਵਿੱਚ। ਅਸੀਂ ਦੇਖ ਰਹੇ ਹਾਂ ਕਿ ਕਿਹੜੀ ਉਹ ਚੀਜ਼ ਹੈ ਜਿਹਦੇ ਉੱਤੇ ਡੈਵਲ ਅੱਜ ਸਭ ਤੋਂ ਵੱਧ ਅਟੈਕ ਕਰਦਾ। ਡੈਵਲ ਅੱਜ ਅਟੈਕ ਕਰਦਾ ਤੁਹਾਡੀ ਪੀਸ 'ਤੇ, ਤੁਹਾਡੀ ਸ਼ਾਂਤੀ 'ਤੇ, ਤੁਹਾਡੇ ਮਾਇੰਡ 'ਤੇ। ਅੱਜ ਅਸੀਂ ਦੇਖਦੇ ਹਾਂ ਮਹਿੰਗਾਈ ਬਹੁਤ ਵੱਧ ਗਈ, ਸੈਲਰੀ ਨਹੀਂ ਵੱਧਦੀ, ਸ਼ਾਂਤੀ ਖਤਮ ਹੋ ਗਈ, ਬੱਚੇ ਸਾਡੀ ਗੱਲ ਨਹੀਂ ਸੁਣਦੇ, ਬੱਚੇ ਸਾਡੇ ਕਹਿਣੇ ਤੋਂ ਬਾਹਰ ਹੋ ਗਏ, ਸ਼ਾਂਤੀ ਖਤਮ ਹੋ ਗਈ, ਹਸਬੈਂਡ ਵਾਈਫ ਦੇ ਵਿੱਚ ਝਗੜਾ ਹੋ ਗਿਆ, ਸ਼ਾਂਤੀ ਖਤਮ ਹੋ ਗਈ, ਚੀਜ਼ਾਂ ਖਰਾਬ ਹੋ ਰਹੀਆਂ ਨੇ, ਸ਼ਾਂਤੀ ਖਤਮ ਹੋ ਗਈ। ਇਹੀ ਉਹ ਚੀਜ਼ ਹੈ ਜਿਹਦੇ ਉੱਤੇ ਡੈਵਲ ਅਟੈਕ ਕਰਦਾ, ਤਾਂ ਕਿ ਜਦੋਂ ਅਸੀਂ ਪੀਸ ਤੋਂ ਬਾਹਰ ਨਿਕਲ ਜਾਈਏ, ਸ਼ਾਂਤੀ ਤੋਂ ਬਾਹਰ ਨਿਕਲ ਜਾਈਏ, ਫਿਰ ਉਹ ਸਾਨੂੰ ਭਰਮਾਵੇ 'ਚ ਪਾਵੇ ਅਤੇ ਆਪਣੇ ਅਕੋਰਡਿੰਗ ਸਾਨੂੰ ਚਲਾ ਸਕੇ। ਯੂਸਫ ਮਰਿਆ ਨਹੀਂ ਸੀ, ਪਰ ਯਾਕੂਬ ਨੂੰ ਦਿਖਾਇਆ ਗਿਆ ਕਿ ਉਹ ਮਰ ਗਿਆ, ਅਤੇ ਯਾਕੂਬ ਪ੍ਰਾਰਥਨਾ ਕਰਨੀ ਵੀ ਭੁੱਲ ਗਿਆ। ਕਿਉਂ? ਕਿਉਂਕਿ ਸ਼ਾਂਤੀ ਉਹਦੇ ਕੋਲੋਂ ਚਲੀ ਗਈ ਸੀ, ਉਹ ਪੀਸ ਉਹਦੇ ਕੋਲੋਂ, ਉਹ ਪਵਿੱਤਰ ਆਤਮਾ ਉਹਦੇ ਕੋਲ ਚਲਾ ਗਿਆ ਸੀ। ਹਾਲੇਲੂਇਆ। ਦਾਊਦ ਬਾਰੇ ਅਸੀਂ ਦੇਖਦੇ ਹਾਂ, ਦਾਊਦ ਨੇ ਪਾਪ ਕੀਤਾ, ਪਾਪ ਕਰਨ ਤੋਂ ਬਾਅਦ ਉਹਨੇ ਪ੍ਰਾਰਥਨਾ ਕਰਨੀ ਨਹੀਂ ਛੱਡੀ। ਉਹ ਸਮਝ ਗਿਆ ਸੀ ਮੈਂ ਗਲਤ ਕੀਤਾ, ਉਹਨੇ ਕਨਫੈਸ ਕੀਤਾ, ਉਹ ਕਹਿੰਦਾ ਪਰਮੇਸ਼ੁਰ ਮੈਂ ਗਲਤ ਕੀਤਾ, ਮੈਨੂੰ ਤੂੰ ਸਜ਼ਾ ਦੇ। ਉਹ ਕਹਿੰਦਾ ਮੈਂ ਗਲਤ ਕੀਤਾ, ਪਰ ਆਪਣਾ ਪਵਿੱਤਰ ਆਤਮਾ ਮੇਰੇ ਤੋਂ ਅਲੱਗ ਨਾ ਕਰ। ਅਸੀਂ ਪੜ੍ਹਾਂਗੇ ਭਜਨ ਸਹਿਤਾ 51 ਅਧਿਆਏ ਉਹਦੀ 7 ਆਇਤ ਤੋਂ, ਇੱਥੇ ਲਿਖਿਆ ਜੂਫਾ ਨਾਲ ਤੂੰ ਮੈਨੂੰ ਸਾਫ਼ ਕਰ ਤਾਂ ਮੈਂ ਸ਼ੁੱਧ ਹੋ ਜਾਵਾਂਗਾ, ਮੈਨੂੰ ਧੋ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂਗਾ, ਮੈਨੂੰ ਖੁਸ਼ੀ ਅਤੇ ਆਨੰਦ ਦੇ, ਮੀਨਜ਼ ਸ਼ਾਂਤੀ ਦੇ, ਤਾਂ ਮੇਰਾ ਟੁੱਟਿਆ ਹੋਇਆ ਦਿਲ ਇੱਕ ਵਾਰ ਫਿਰ ਆਨੰਦਿਤ ਹੋ ਉੱਠੇਗਾ, ਮੇਰੇ ਪਾਪਾਂ ਵੱਲੋਂ ਤੂੰ ਆਪਣਾ ਮੂੰਹ ਮੋੜ ਲੈ ਅਤੇ ਮੇਰੀ ਸਭ ਬੁਰਾਈ ਨੂੰ ਦੂਰ ਕਰ। ਹੇ ਪਰਮੇਸ਼ੁਰ ਤੂੰ ਮੇਰੇ ਅੰਦਰੋਂ ਸ਼ੁੱਧ ਮਨ ਪੈਦਾ ਕਰ, ਨਵੀਂ ਅਤੇ ਮਜ਼ਬੂਤ ਆਤਮਾ ਮੇਰੇ ਅੰਦਰ ਪਾ, ਤੂੰ ਮੈਨੂੰ ਆਪਣੇ ਸਾਹਮਣੇ ਦੂਰ ਨਾ ਕਰ ਅਤੇ ਨਾ ਮੇਰੇ ਕੋਲੋਂ ਆਪਣੀ ਪਵਿੱਤਰ ਆਤਮਾ ਨੂੰ ਲੈ, ਆਪਣੀ ਮੁਕਤੀ ਦਾ ਆਨੰਦ ਮੈਨੂੰ ਫੇਰ ਦੇ ਅਤੇ ਆਪਣੀ ਆਤਮਾ ਨਾਲ ਮੈਨੂੰ ਸੰਭਾਲ, ਤਦ ਮੈਂ ਅਪਰਾਧੀਆਂ ਨੂੰ ਤੇਰੇ ਬਾਰੇ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। ਹਾਲੇਲੂਇਆ। ਮੇਰੇ ਪਿਆਰੇ, ਉਹ ਦਾਊਦ ਨੇ ਪਾਪ ਤਾਂ ਕੀਤਾ, ਪਰ ਪਾਪ ਕਰਨ ਤੋਂ ਬਾਅਦ ਉਹਨੇ ਕਨਫੈਸ ਕੀਤਾ। ਉਹ ਕਹਿੰਦਾ ਕਿ ਪਵਿੱਤਰ ਆਤਮਾ ਨੂੰ ਮੇਰੇ ਤੋਂ ਅਲੱਗ ਨਾ ਕਰ, ਇਹ ਸ਼ਾਂਤੀ ਨੂੰ ਮੇਰੇ ਤੋਂ ਅਲੱਗ ਨਾ ਕਰ, ਮੇਰੇ ਪਾਪ ਨੂੰ ਮਾਫ਼ ਕਰ, ਮੈਨੂੰ ਸਜ਼ਾ ਦੇ, ਪਰ ਮੈਂ ਪ੍ਰਾਰਥਨਾ ਕਰਨੀ ਬੰਦ ਨਹੀਂ ਕਰਾਂਗਾ, ਮੈਂ ਇਸ ਪੀਸ ਨੂੰ ਆਪਣੇ ਤੋਂ ਅਲੱਗ ਨਹੀਂ ਕਰਾਂਗਾ। ਮੇਰੇ ਪਿਆਰੇ, ਉਹ ਟਾਈਮ ਸੀ ਜਦੋਂ ਪਵਿੱਤਰ ਆਤਮਾ ਜਾਂਦਾ ਸੀ, ਵਾਪਸ ਆ ਜਾਂਦਾ ਸੀ, ਕੰਮਾਂ ਨੂੰ ਕਰਦਾ ਸੀ, ਚਲਾ ਜਾਂਦਾ ਸੀ, ਪਰ ਯਿਸੂ ਮਸੀਹ ਨੇ ਕਿਹਾ ਜੋ ਪੀਸ, ਜੋ ਸ਼ਾਂਤੀ, ਜੋ ਪਵਿੱਤਰ ਆਤਮਾ ਮੈਂ ਤੁਹਾਨੂੰ ਦੇਵਾਂਗਾ, ਉਹ ਪਵਿੱਤਰ ਆਤਮਾ ਹਮੇਸ਼ਾ ਤੁਹਾਡੇ ਨਾਲ, ਤੁਹਾਡੇ ਵਿੱਚ ਰਹੇਗਾ। ਹੁਣ ਉਹ ਨਾਲ ਹੀ ਨਹੀਂ, ਹੁਣ ਉਹ ਵਿੱਚ ਰਹੇਗਾ, ਹੁਣ ਤੁਹਾਡੇ ਤੋਂ ਅਲੱਗ ਨਹੀਂ ਹੋਏਗਾ। ਪਰ ਸ਼ੈਤਾਨ ਇਸ ਤਰ੍ਹਾਂ ਦੇ ਸਰਕਮਸਟਾਂਸਿਸ ਬਣਾਉਂਦਾ, ਉਹ ਇਸ ਤਰ੍ਹਾਂ ਦੇ ਭਰਮਾਵੇ ਲੈ ਕੇ ਆਉਂਦਾ ਕਿ ਅਸੀਂ ਆਪਣੇ ਪੀਸ ਨੂੰ ਖਤਮ ਕਰ ਦਈਏ। ਕੁਛ ਵੀ ਨਹੀਂ ਹੋਇਆ ਹੁੰਦਾ, ਪਰ ਉਹ ਸਾਨੂੰ ਜਾਣ ਬੁੱਝ ਕੇ ਅਜਿਹੇ ਜਿਹੇ ਸਰਕਮਸਟਾਂਸਿਸ ਦਿਖਾਉਂਦਾ ਕਿ ਸਾਡੀ ਸ਼ਾਂਤੀ ਖਤਮ ਹੋ ਜਾਂਦੀ। ਜਦੋਂ ਸ਼ਾਂਤੀ ਖਤਮ ਹੁੰਦੀ ਹੈ, ਸਭ ਤੋਂ ਪਹਿਲਾਂ ਅਟੈਕ ਹੁੰਦਾ, ਅਸੀਂ ਪ੍ਰਾਰਥਨਾ ਬੰਦ ਕਰ ਦਿੰਦੇ ਹਾਂ, ਅਸੀਂ ਆਰਾਧਨਾ ਬੰਦ ਕਰ ਦਿੰਦੇ ਹਾਂ, ਪਰਮੇਸ਼ੁਰ ਤੋਂ ਦੂਰ ਹੋ ਜਾਂਦੇ ਹਾਂ। ਇਹੀ ਗੱਲ ਹੈ ਕਿ ਉਹ ਜਾਣਦਾ ਕਿ ਕਿਸ ਚੀਜ਼ ਤੋਂ ਇਹ ਪਰਮੇਸ਼ੁਰ ਤੋਂ ਦੂਰ ਹੋ ਜਾਵੇ। ਜਿਵੇਂ ਹੀ ਇੱਕ ਇਨਸਾਨ ਪਰਮੇਸ਼ੁਰ ਦੀ ਸੰਗਤੀ ਤੋਂ ਦੂਰ ਹੋ ਜਾਂਦਾ, ਫਿਰ ਉਹ ਅਟੈਕ ਕਰਦਾ ਉਹਦੇ ਉੱਤੇ। ਹਾਲੇਲੂਇਆ। ਮੇਰੇ ਪਿਆਰੇ, ਉਹ ਜਦੋਂ ਸ਼ੈਤਾਨ ਜਾਣਦਾ ਕਿ ਤੁਸੀਂ ਪਰਮੇਸ਼ੁਰ ਦੇ ਖੰਭਾਂ ਦੇ ਥੱਲੇ ਹੋ, ਉਹ ਤੁਹਾਨੂੰ ਅਟੈਕ ਨਹੀਂ ਕਰ ਸਕਦਾ। ਉਹ ਪਰਮੇਸ਼ੁਰ ਦੀ ਉਸ ਪ੍ਰੈਜੈਂਸ ਤੋਂ ਤੁਹਾਨੂੰ ਅਲੱਗ ਲੈ ਕੇ ਜਾਂਦਾ। ਕਿਸੇ ਨੂੰ ਉਹ ਵਿਭਚਾਰ 'ਚ ਲੈ ਕੇ ਜਾਂਦਾ, ਕਿਸੇ ਨੂੰ ਚੋਰੀ 'ਚ ਲੈ ਕੇ ਜਾਂਦਾ, ਕਿਸੇ ਨੂੰ ਚੁਗਲੀਆਂ 'ਚ ਲੈ ਕੇ ਜਾਂਦਾ, ਅਲੱਗ ਅਲੱਗ ਤਰ੍ਹਾਂ ਨਾਲ ਲੈ ਕੇ ਜਾਂਦਾ। ਜੇ ਤੁਸੀਂ ਇਮਾਨ 'ਚ ਪੱਕੇ ਹੋ, ਤੁਸੀਂ ਇਹਨਾਂ 'ਚ ਨਹੀਂ ਗਿਰਦੇ, ਫਿਰ ਉਹ ਤੁਹਾਡੀ ਸ਼ਾਂਤੀ ਨੂੰ ਭੰਗ ਕਰਦਾ, ਫਿਰ ਉਹ ਫਾਲਸ ਤਰੀਕਿਆਂ ਦੇ ਨਾਲ, ਝੂਠੇ ਤਰੀਕਿਆਂ ਦੇ ਨਾਲ ਤੁਹਾਨੂੰ ਫਸਾਉਂਦਾ। ਕਿਉਂ? ਤਾਂ ਕਿ ਤੁਸੀਂ ਆਪਣੀ ਸ਼ਾਂਤੀ ਨੂੰ, ਆਪਣੀ ਪੀਸ ਨੂੰ ਗਵਾ ਦਿਓ, ਤੁਸੀਂ ਅਸ਼ਾਂਤ ਰਹੋ, ਤੁਸੀਂ ਕਨਫਿਊਜ਼ ਰਹੋ, ਤਾਂ ਕਿ ਤੁਸੀਂ ਪ੍ਰਾਰਥਨਾ ਨਾ ਕਰ ਸਕੋ, ਗਿਲਟੀ ਹੋ ਜਾਓ ਪਰਮੇਸ਼ੁਰ ਦੇ ਅੱਗੇ। ਜਦੋਂ ਯੂਸਫ ਮਰਿਆ ਨਹੀਂ ਸੀ, ਯਾਕੂਬ ਗਿਲਟੀ ਹੋ ਗਿਆ, ਦੁਖੀ ਹੋ ਗਿਆ, ਪਰੇਸ਼ਾਨ ਹੋ ਗਿਆ, ਪ੍ਰਾਰਥਨਾ ਕਰਨੀ ਵੀ ਭੁੱਲ ਗਿਆ।
ਜੇ ਉਹ ਇੱਕ ਵਾਰ ਪ੍ਰਾਰਥਨਾ ਕਰਦਾ ਕਿ ਪਵਿੱਤਰ ਆਤਮਾ ਉਹਦੇ ਨਾਲ ਗੱਲ ਨਾ ਕਰਦਾ, ਉਹ ਪਵਿੱਤਰ ਆਤਮਾ ਜਿਹਨੇ ਉਹਨੂੰ ਵੱਡੇ ਵੱਡੇ ਦਰਸ਼ਨ ਦਿੱਤੇ, ਜਿਹਨੇ ਉਹਨੂੰ ਸਭ ਤੋਂ ਅਲੱਗ ਕਰ ਦਿੱਤਾ, ਸਭ ਚੀਜ਼ਾਂ ਉਹਨੇ ਆਪਣੀ ਲਾਈਫ ਦੇ ਵਿੱਚ ਦੇਖੀਆਂ, ਪਰ ਉਸ ਟਾਈਮ 'ਤੇ ਪ੍ਰਾਰਥਨਾ ਕਰਨੀ ਵੀ ਉਹ ਭੁੱਲ ਗਿਆ। ਕਿਉਂ? ਕਿਉਂਕਿ ਸ਼ਾਂਤੀ ਲਾਈਫ 'ਚ ਚਲੀ ਗਈ ਸੀ। ਅੱਜ ਮੈਂ ਤੁਹਾਨੂੰ ਇਨਵਾਈਟ ਕਰਨਾ ਚਾਹੁੰਦਾ, ਜੇ ਤੁਸੀਂ ਆਪਣੇ ਪੀਸ ਨੂੰ, ਆਪਣੀ ਸ਼ਾਂਤੀ ਨੂੰ ਗਵਾ ਚੁੱਕੇ ਹੋ, ਤੁਹਾਡੇ ਮਨ ਦੇ ਵਿੱਚ, ਤੁਹਾਡੇ ਦਿਲ ਦੇ ਵਿੱਚ ਅੱਜ ਵੀ ਇੱਕ ਡਰ ਹੈ, ਇੱਕ ਭੈ ਹੈ, ਪਤਾ ਨਹੀਂ ਕੀ ਹੋ ਜਾਏਗਾ, ਉਹ ਭੈ, ਉਹ ਡਰ ਤੁਹਾਡੇ ਪੀਸ ਨੂੰ ਖਤਮ ਕਰਦਾ। ਕਿਉਂ? ਤਾਂ ਕਿ ਤੁਸੀਂ ਪਰਮੇਸ਼ੁਰ ਦੇ ਕੰਮ ਨੂੰ, ਉਹਦੀ ਯੋਜਨਾ ਨੂੰ ਪੂਰੀ ਨਾ ਕਰ ਸਕੋ। ਜੇ ਅੱਜ ਤੁਹਾਡੀ ਲਾਈਫ ਵਿੱਚ ਵੀ ਅਜਿਹਾ ਕੁਝ ਹੋ ਰਿਹਾ, ਜੇ ਅੱਜ ਤੁਸੀਂ ਵੀ ਇਸੇ ਤਰ੍ਹਾਂ ਪਰੇਸ਼ਾਨ ਹੋ, ਤੁਸੀਂ ਵੀ ਟੈਨਸ਼ਨ ਦੇ ਵਿੱਚ ਹੋ, ਤੁਸੀਂ ਵੀ ਆਪਣੇ ਪੀਸ ਨੂੰ ਗਵਾ ਚੁੱਕੇ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਯੇਸ਼ੂ ਮਸੀਹ ਨੇ ਕਿਹਾ, ਮੇਰੇ ਕੋਲ ਆਓ, ਬੋਝ ਨਾ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਆਰਾਮ ਦਿਆਂਗਾ। ਬੋਝ ਨਾ ਦੱਬੇ ਹੋਏ ਲੋਕੋ, ਮੇਰੇ ਕੋਲ ਆਓ, ਮੈਂ ਤੁਹਾਨੂੰ ਸੰਭਾਲ ਲਵਾਂਗਾ, ਤੁਹਾਨੂੰ ਆਰਾਮ ਦਿਆਂਗਾ, ਮੈਂ ਤੁਹਾਨੂੰ ਸ਼ਾਂਤੀ ਦਿਆਂਗਾ, ਤੁਹਾਨੂੰ ਪੀਸ ਦਿਆਂਗਾ। ਯੇਸ਼ੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਉਹ ਸ਼ਾਂਤੀ ਨਹੀਂ ਦਿੰਦਾ ਜੋ ਸੰਸਾਰ ਤੁਹਾਨੂੰ ਦਿੰਦਾ, ਮੈਂ ਤੁਹਾਨੂੰ ਉਹ ਸ਼ਾਂਤੀ ਦਿੰਦਾ ਜੋ ਪਿਤਾ ਨੇ ਮੈਨੂੰ ਦਿੱਤੀ। ਹਾਲੇਲੂਇਆ। ਉਹਨੇ ਕਿਹਾ ਸ਼ਾਂਤੀ ਦਾ ਮਤਲਬ ਇਹ ਪੀਸ ਆਫ ਮਾਈਂਡ ਹੈ, ਤੁਹਾਡਾ ਮਨ ਸ਼ਾਂਤ ਰਹੇਗਾ, ਮਨ 'ਚ ਤੁਸੀਂ ਤਸੱਲੀ 'ਚ ਰਹੋਗੇ, ਹਾਲਾਤ ਕਿਸੇ ਤਰ੍ਹਾਂ ਦੇ ਵੀ ਰਹਿਣ, ਕੁਛ ਵੀ ਹੁੰਦਾ ਰਹੇ, ਤੁਸੀਂ ਮਨ 'ਚ ਜਾਣਦੇ ਹੋਵੋਗੇ ਕਿ ਪਰਮੇਸ਼ੁਰ ਮੇਰੇ ਵੱਲ ਹੈ। ਕਿੱਦਾਂ ਤੁਹਾਨੂੰ ਪਤਾ ਚੱਲੇਗਾ? ਬਾਈਬਲ ਕਹਿੰਦੀ ਜਿਹੜਾ ਵਚਨ ਨੂੰ ਪੜ੍ਹੇਗਾ, ਮੈਂ ਤੁਹਾਨੂੰ ਪੜ੍ਹਾਇਆ, ਯੇਸ਼ੂ ਮਸੀਹ ਨੇ ਕੀ ਕਿਹਾ, ਇਹ ਵਚਨ ਮੇਰਾ ਨਹੀਂ ਹੈ, ਪਰਮੇਸ਼ੁਰ ਦਾ ਵਚਨ ਹੈ। ਕੀ ਤੁਸੀਂ ਵਚਨ ਨੂੰ ਪੜ੍ਹਦੇ ਹੋ? ਕੀ ਤੁਸੀਂ ਬਾਈਬਲ ਨੂੰ ਪੜ੍ਹਦੇ ਹੋ? ਜੇ ਤੁਸੀਂ ਬਾਈਬਲ ਨੂੰ ਪੜ੍ਹੋਗੇ, ਜੇ ਤੁਸੀਂ ਇਸ ਵਚਨ ਉੱਤੇ ਮੈਡੀਟੇਟ ਕਰੋਗੇ, ਇਹ ਵਚਨ ਦਾ ਪੀਸ, ਇਸ ਵਚਨ ਦੀ ਸ਼ਾਂਤੀ ਤੁਹਾਡੀ ਲਾਈਫ ਦੇ ਵਿੱਚ ਐਂਟਰ ਕਰੇਗੀ। ਜਦੋਂ ਇਹ ਸ਼ਾਂਤੀ ਤੁਹਾਡੀ ਲਾਈਫ ਦਾ ਹਿੱਸਾ ਹੋਏਗੀ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨੈਗੇਟਿਵ ਚੀਜ਼ ਤੁਹਾਡੀ ਲਾਈਫ 'ਚ ਐਂਟਰ ਨਹੀਂ ਹੋ ਸਕਦੀ। ਹਾਲੇਲੂਇਆ। ਕੋਈ ਬੈਡ ਨਿਊਜ਼ ਤੁਹਾਡੀ ਲਾਈਫ ਦਾ ਹਿੱਸਾ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਜਿਵੇਂ ਯੂਸਫ ਮਰਿਆ ਨਹੀਂ ਸੀ, ਯਾਕੂਬ ਦੀ ਲਾਈਫ ਦੇ ਵਿੱਚ ਉਹ ਬੈਡ ਨਿਊਜ਼ ਸਿਰਫ ਦਿਖਾਈ ਗਈ ਸੀ, ਉਹਨੇ ਖੁਦ ਉਹਨੂੰ ਗ੍ਰੈਬ ਕੀਤਾ। ਕਿਉਂ? ਕਹਿੰਦਾ ਮੈਂ ਖੁਦ ਆਪਣੇ ਮੁੰਡੇ ਕੋਲ ਚਲਾ ਜਾਵਾਂਗਾ। ਉਹ ਖੁਦ ਕਹਿੰਦਾ ਕਿ ਮੈਂ ਹੁਣ ਉਹਦੇ ਕੋਲ ਜਾਵਾਂਗਾ, ਉਹ ਮੇਰੇ ਕੋਲ ਨਹੀਂ ਆਏਗਾ। ਪ੍ਰਾਰਥਨਾ ਕਰਨੀ ਤੱਕ ਉਹ ਭੁੱਲ ਗਿਆ। ਹਾਲੇਲੂਇਆ। ਮੇਰੇ ਪਿਆਰਿਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੇ ਤੁਸੀਂ ਅੱਜ ਅਸ਼ਾਂਤ ਹੋ, ਤੁਹਾਡੀ ਸ਼ਾਂਤੀ, ਤੁਹਾਡਾ ਪੀਸ ਤੁਹਾਡੇ ਕੋਲੋਂ ਦੂਰ ਹੈ, ਮੈਂ ਤੁਹਾਡੇ ਸਾਰਿਆਂ ਲਈ ਦੁਆ ਕਰਾਂਗਾ। ਆਪਣੀਆਂ ਅੱਖਾਂ ਨੂੰ ਬੰਦ ਕਰੋ। ਜੇ ਤੁਸੀਂ ਬਿਮਾਰ ਹੋ, ਆਪਣੀ ਪ੍ਰੋਬਲਮ ਵਾਲੀ ਜਗ੍ਹਾ 'ਤੇ ਹੱਥ ਰੱਖੋ। ਜੇ ਤੁਸੀਂ ਮੈਂਟਲੀ ਕਿਸੇ ਤਰ੍ਹਾਂ ਦੀ ਸਟਰਗਲ 'ਚੋਂ, ਆਪਣੀਆਂ ਅੱਖਾਂ ਨੂੰ ਬੰਦ ਕਰੋ, ਸਪਿਰਿਟ ਦੇ ਵਿੱਚ ਉਸ ਚੀਜ਼ ਨੂੰ ਯਾਦ ਰੱਖੋ। ਪਰਮੇਸ਼ੁਰ ਤੁਹਾਨੂੰ ਛੂਹਣਗੇ ਅਤੇ ਛੁਡਾਉਣਗੇ, ਅਤੇ ਆਪਣੀ ਸ਼ਾਂਤੀ ਤੁਹਾਡੀ ਲਾਈਫ ਦੇ ਵਿੱਚ ਦੇਣ ਵਾਲੇ ਆ। ਸਰਵ ਸ਼ਕਤੀਮਾਨ ਪਰਮੇਸ਼ੁਰ ਯੇਸ਼ੂ ਮਸੀਹ ਨਾਸਰੀ, ਇਸ ਵਕਤ ਮੈਂ ਪ੍ਰਾਰਥਨਾ ਕਰਦਾ, ਧੰਨਵਾਦ ਦੀ ਪ੍ਰਾਰਥਨਾ। ਤੁਹਾਡਾ ਵਚਨ ਦੱਸਦਾ ਕਿ ਤੁਸੀਂ ਸਾਨੂੰ ਉਹ ਸ਼ਾਂਤੀ, ਉਹ ਪੀਸ ਦਿੰਦੇ ਹੋ ਜੋ ਪਿਤਾ ਨੇ ਦਿੱਤਾ। ਖੁਦਾਵੰਦ, ਇਹ ਵਚਨ, ਇਹ ਖੁਦਾਵੰਦ ਲੋਗੋਸ ਵਰਡ, ਉਹ ਸ਼ਾਂਤੀ ਆ, ਉਹ ਪੀਸ ਹੈ ਜੋ ਤੁਸੀਂ ਆਪਣੇ ਲੋਕਾਂ ਨੂੰ ਦਿੱਤਾ। ਜਦੋਂ ਅਸੀਂ ਇਸ ਵਚਨ ਦੇ ਨਾਲ ਖੜ੍ਹੇ ਹਾਂ, ਕੋਈ ਅੰਧਕਾਰ ਦੀ ਸ਼ਕਤੀ ਕਿਸੇ ਦੀ ਲਾਈਫ ਦਾ ਹਿੱਸਾ ਨਹੀਂ ਹੋ ਸਕਦੀ, ਬਾਈਬਲ ਕਹਿੰਦੀ ਹੈ। ਖੁਦਾਵੰਦ, ਮੈਂ ਪ੍ਰਾਰਥਨਾ ਕਰਦਾ ਇਸ ਵਕਤ ਜਿੰਨੇ ਲੋਕ ਮੈਨੂੰ ਦੇਖ ਰਹੇ ਆ, ਖੁਦਾਵੰਦ ਅਗਰ ਇਹ ਮੈਂਟਲੀ, ਇਹ ਖੁਦਾਵੰਦ ਸ਼ਾਂਤੀ 'ਚ ਨਹੀਂ ਹੈ, ਜੇ ਮੈਂਟਲੀ ਕੋਈ ਹਰਾਸਮੈਂਟ 'ਚ ਨਹੀਂ, ਯੇਸ਼ੂ ਮਸੀਹ ਦੇ ਨਾਮ 'ਚ ਮੈਂ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਡਾਂਟਦਾ, ਤੁਹਾਡਾ ਪੀਸ, ਤੁਹਾਡੀ ਸ਼ਾਂਤੀ ਇਹਨਾਂ ਦੀ ਲਾਈਫ 'ਚ ਜਾਵੇ। ਜੇ ਕੋਈ ਬਿਮਾਰ ਮੈਨੂੰ ਦੇਖ ਰਿਹਾ, ਖੁਦਾਵੰਦ ਇਹਨਾਂ ਦੀ ਬਿਮਾਰੀ ਯੇਸ਼ੂ ਮਸੀਹ ਦੇ ਨਾਸਰੇ 'ਚ ਗਿਰ ਜਾਵੇ। ਖੁਦਾਵੰਦ, ਜੋ ਹੱਥ ਇਹਨਾਂ ਨੇ ਆਪਣੀ ਪ੍ਰੋਬਲਮ ਵਾਲੀ ਜਗ੍ਹਾ 'ਤੇ ਰੱਖਿਆ, ਉਹ ਹੱਥ ਨਹੀਂ ਤੇਰਾ ਕੰਟੈਕਟ ਪੁਆਇੰਟ ਬਣੇ, ਯੇਸ਼ੂ ਮਸੀਹ ਦੇ ਨਾਮ 'ਚ ਤੁਹਾਡੇ ਪਵਿੱਤਰ ਸਵਰਗਦੂਤ ਛੂਣ ਅਤੇ ਤੇਰੇ ਲੋਕਾਂ ਨੂੰ ਆਜ਼ਾਦ ਕਰਨ। ਇਸੇ ਵਕਤ ਖੁਦਾਵੰਦ, ਉਹ ਸ਼ਾਂਤੀ, ਉਹ ਪੀਸ ਇਹਨਾਂ ਦੀ ਲਾਈਫ 'ਚ ਐਂਟਰ ਹੋਵੇ ਅਤੇ ਤੇਰਾ ਨਾਮ ਮਹਿਮਾ ਪਾਏ। ਯੇਸ਼ੂ ਮਸੀਹ ਦੇ ਸਾਮਰਥੀ ਨਾਮ 'ਚ ਅਸੀਂ ਮੰਗਦੇ ਹਾਂ। ਆਮੇਨ, ਆਮੇਨ। ਹਾਲੇਲੂਇਆ।
ਸੋ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ, ਤੁਸੀਂ ਆਪਣਾ ਕੀਮਤੀ ਵਕਤ ਕੱਢਿਆ। ਜੇ ਤੁਸੀਂ ਫਿਰ ਤੋਂ ਇਹਨਾਂ ਪ੍ਰੋਗਰਾਮ ਨੂੰ ਸੁਣਨਾ ਚਾਹੁੰਦੇ ਹੋ, ਤੁਸੀਂ ਯੂਟਿਊਬ ਦੇ ਮਾਧਿਅਮ ਨਾਲ, ਸਾਡੇ ਟੀਵੀ ਚੈਨਲ ਦੇ ਮਾਧਿਅਮ ਦੇ ਨਾਲ, ਸੋਸ਼ਲ ਮੀਡੀਆ ਦੇ ਮਾਧਿਅਮ ਦੇ ਨਾਲ ਵੀ ਇਹਨਾਂ ਨੂੰ ਸੁਣ ਸਕਦੇ ਹੋ। ਤੁਸੀਂ ਚਰਚ ਭਵਨ 'ਚ ਆ ਕੇ ਵੀ ਹਰ ਇਤਵਾਰ ਦੁਪਹਿਰੇ 1 ਵਜੇ ਵੀ ਮੀਟਿੰਗਸ ਨੂੰ ਅਟੈਂਡ ਕਰ ਸਕਦੇ ਹੋ। ਅਸੀਂ ਫਿਰ ਮਿਲਾਂਗੇ ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ 'ਚ। ਗੋਡ ਬਲੈਸ ਯੂ। ਯੇਸ਼ੂ ਕੋਲ ਆਵੀ ਤੇ ਚੰਗਾ ਏ, ਦੁਨੀਆ 'ਚ ਤੈਨੂੰ ਰੇ ਚੈਨ ਨਹੀਂ ਲੱਗਦਾ।